ਨਾਭਾ, ਅਰਮਾਨ ਪਹਿਲਵਾਨ ਮਾਰਨ, ਨਵਜੋਤ ਪਹਿਲਵਾਨ ਨਾਭਾ, ਪਹਿਲਵਾਨਾ ਛੇਤੀ ਪਹੁੰਚੋ, ਕੱਪੜੇ ਕੱਢ ਕੇ ਆਓ ਯਾਰ ਤੁਸੀਂ, ਤੁਹਾਡੇ ਗੁਰੂਆਂ ਨੇ ਸਿਖਾਇਆ ਤੁਹਾਨੂੰ ਕੁਝ। ਅਰਮਾਨ ਮਾਰਨ, ਨਵਜੋਤ ਨਾਭਾ ਪਰਚੀ ਲੈ ਕੇ ਲੱਖੇ ਪਹਿਲਵਾਨ ਦੇ ਕੋਲ ਰਿਪੋਰਟ ਕਰੋ। ਪ੍ਰਵੀਨ ਮਾਰਨ, ਜੇਤੂ ਪਹਿਲਵਾਨ ਧੂਰੀ, ਪ੍ਰਵੀਨ ਮਾਰਨ ਤੇ ਜੇਤੂ ਪਹਿਲਵਾਨ ਧੂਰੀ, ਇਹ ਵੀ ਪਹਿਲਵਾਨ ਆਪਦੇ ਆਪ ਨੂੰ ਗਰਮਾ ਕੇ ਅਖਾੜੇ ਪਾਤਸ਼ਾਹ ਦੀ ਹਜ਼ੂਰੀ 'ਚ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਉੱਧਰ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਗੁਰਜੰਟ ਸਿੰਘ ਜੀ ਸੇਖੋਂ, ਸਰਦਾਰ ਬਲਜੀਤ ਸਿੰਘ ਜੀ ਕਿਸਾਨ ਪ੍ਰਧਾਨ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਰਦਾਰ ਗੁਰਮੁਖ ਸਿੰਘ ਜੀ ਠੇਕੇਦਾਰ ਸਾਹਿਬ ਪਟਿਆਲਾ, ਸਰਦਾਰ ਭਗਵਾਨ ਸਿੰਘ ਜੀ ਗੁੜਤੜੀ, ਸੰਤ ਬਾਬਾ ਬਘੇਲ ਸਿੰਘ ਜੀ ਦੰਦਰਾਲੀ ਵਾਲੇ ਮਹਾਂਪੁਰ, ਸਰਦਾਰ ਸਾਹਿਬ ਸਿੰਘ ਜੀ ਟੰਗ ਸਾਹਿਬ, ਸਰਦਾਰ ਬਲਬੀਰ ਸਿੰਘ ਜੀ ਲੰਬਰਦਾਰ ਸਾਹਿਬ ਲੌਟ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਰਦਾਰ ਗੁਰਵਿੰਦਰ ਸਿੰਘ ਜੀ ਇਟਲੀ, ਸਨਅਪ ਹਾਕਮ ਸਿੰਘ ਜੀ ਜਿਨ੍ਹਾਂ ਵੱਲੋਂ 21,000 ਰੁਪਇਆ ਕੁਸ਼ਤੀ ਦੰਗਲ ਵੱਡਾ ਯੋਗਦਾਨ ਪਾਇਆ, ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਡੇ ਮੰਗੀ ਜੀ ਸਿੱਧੂਵਾਲ, ਉਹਨਾਂ ਵੱਲੋਂ ਵੀ 5,100 ਰੁਪਇਆ ਕੁਸ਼ਤੀ ਦੰਗਲ ਵੱਡਾ ਯੋਗਦਾਨ ਪਾਇਆ। ਆਕਾਸ਼ਦੀਪ ਸਿੰਘ ਜੀ ਕੈਨੇਡਾ, ਸਨਅਪ ਨਿਰਮਲ ਸਿੰਘ ਜੀ ਲਾਹੌਟ, ਇਹਨਾਂ ਵੱਲੋਂ 55,000 ਰੁਪਇਆ ਇਸ ਕੁਸ਼ਤੀ ਦੰਗਲ ਵੱਡਾ ਯੋਗਦਾਨ ਪਾਇਆ। ਇੱਕ ਵਾਰ ਦਾਨੀ ਪੁਰਸ਼ਾਂ ਦੇ ਨਾਂ ਤੇ, ਸਹਿਜਾਗੀ ਸਹਿਯੋਗੀ ਵੀਰਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਸਾਰੇ ਵੀਰਾਂ ਨੂੰ ਬੇਨਤੀ। ਬਾਈ ਹਰ ਇੱਕ ਪਹਿਲਵਾਨ ਨੇ ਨਗੋਟਾ ਪਾ ਕੇ ਕੁਸ਼ਤੀ ਕਰਨੀ ਹੈ, ਕਿਉਂਕਿ ਇੱਕ ਕਵੀ ਨੇ ਬਹੁਤ ਸੋਹਣਾ ਲਿਖਿਆ, ਕਹਿਣ ਬਾਬੂ ਜੀ ਮੋਨੇ ਬੰਦਿਆਂ ਨੂੰ, ਪਗੜੀ ਵਾਲੇ ਨੂੰ ਸਿੰਘ ਸਰਦਾਰ ਕਹਿੰਦੇ, ਲੰਗੋਟੇ ਬੰਨ ਕੇ ਲੜੇ ਪਹਿਲਵਾਨ ਵੱਜੇ, ਔਰ ਨੱਚਣ ਵਾਲੇ ਨੂੰ ਸਦਾ ਨਚਾਰ ਕਹਿੰਦੇ, ਨੱਚਣ ਵਾਲੇ ਨੂੰ ਸਦਾ ਨਚਾਰ ਕਹਿੰਦੇ। ਬਾਈ ਕ੍ਰਿਸ਼ਨ ਧੂਰੀ ਤੇ ਚਮਕੌਰ ਨਾਭਾ, ਬਾਈ ਕ੍ਰਿਸ਼ਨ ਧੂਰੀ ਚਮਕੌਰ ਬਲਵਾਨ ਨਾਭਾ, ਬੇਨਤੀ ਆ ਵਿੱਚ ਵਾਲੇ ਪਹਿਲਵਾਨ ਕੱਪੜੇ ਕੱਢ ਕੇ। ਬਾਈ ਜਦੋਂ ਪਹਿਲਵਾਨ ਦਾ ਨਾਂ ਲਿਖਿਆ ਜਾਂਦਾ ਨਾਲ ਦੀ ਨਾਲ ਪਿਆਰ ਹੋ ਜਾਇਆ ਕਰੋ, ਦੋ ਵਾਰ ਨਾਂ ਬੋਲਿਆ ਜਾਣਾ ਫਿਰ ਪਰਚੀ ਪਾੜ ਦਿੱਤੀ ਜਾਣੀ ਹੈ ਪਹਿਲਵਾਨ, ਨੋਟ ਕਰਿਓ। ਕ੍ਰਿਸ਼ਨ ਧੂਰੀ ਚਮਕੌਰ ਨਾਭਾ, ਬਈ ਨਾਭੇ ਵਾਲਾ ਕਿਹੜਾ ਕਿੱਥੇ ਆ ਬਈ, ਹੈਲੋ ਨਾਭੇ ਵਾਲਾ ਕਿਹੜਾ, ਇਹ ਪਾ ਕੁਸ਼ਤੀ ਬਦਲੋ ਯਾਰ। ਹੈਲੋ ਕੁਲਵੰਤ ਪਹਿਲਵਾਨ ਜੀ, ਆ ਕੁਸ਼ਤੀ ਚਲੋ ਸਰ, ਚਲੋ ਫਿਰ ਜਾਓ, ਆ ਲੱਖੇ ਪਹਿਲਵਾਨ ਕੋਲ ਰਿਪੋਰਟ ਕਰੋ। ਲਵਪ੍ਰੀਤ ਪਹਿਲਵਾਨ ਧੂਰੀ ਤੇ ਲਵਪ੍ਰੀਤ ਪਹਿਲਵਾਨ ਮਾਹੋ ਰਾਣਾ, ਇਹ ਵੀ ਪਹਿਲਵਾਨ ਖਾੜੇ ਪਾਤਸ਼ਾਹ ਵਿੱਚ ਪਹੁੰਚੋ। ਸਾਡੇ ਬੱਗਾ ਉਸਤਾਦ ਜੀ ਸਰਦਾਰ ਪ੍ਰੀਤਮ ਸਿੰਘ ਜੀ ਮਾਹੋ ਰਾਣਾ ਨਾਲੇ ਮਿੱਠੂ ਮਾਹੋ ਰਾਣਾ ਤੋਂ ਪਹੁੰਚੇ ਨੇ, ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
ਲਵਪ੍ਰੀਤ ਧੂਰੀ, ਲਵਪ੍ਰੀਤ ਮਹਾਰਾਣਾ, ਉਹ ਪਰਚੀ ਲੈ ਕੇ ਜਾਓ। ਲਵਪ੍ਰੀਤ ਧੂਰੀ ਕੀ ਨਾਂ ਤੇਰਾ? ਮਹਾਰਾਣਾ ਵਾਲਾ ਪਹੁੰਚ ਗਿਆ, ਲਵਪ੍ਰੀਤ ਧੂਰੀ ਨਹੀਂ ਪਹੁੰਚਿਆ ਬਈ, ਛੇਤੀ ਕਰੋ ਨਗੋਟਾ ਪਾਓ। ਚਲੋ ਲੱਖੇ ਪਹਿਲਵਾਨ ਦੇ ਕੋਲੇ ਰਿਪੋਰਟ ਕਰੋ। ਅਗਲੀ ਕੁਸ਼ਤੀ ਮੇਜਰ ਨਾਭਾ, ਲਓ ਜੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੰਤ ਬਾਬਾ ਪੂਰਨ ਦਾਸ ਕੁਸ਼ਤੀ ਅਖਾੜਾ ਡੂਮਛੇੜੀ ਤੋਂ ਪਹਿਲਾ ਪਹਿਲਵਾਨ ਜੀ, ਪਹਿਲਾ ਪਹਿਲਵਾਨ ਜੀ ਆਪਣੇ ਅਖਾੜੇ ਦੇ ਪਹਿਲਵਾਨਾਂ ਲੈ ਕੇ ਤੇ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸੰਤ ਪਹਿਲਵਾਨ ਜੀ ਮਾਮੂਪੁਰ ਵਾਲੇ ਵੀ ਪਹੁੰਚੇ ਨੇ, ਸੰਤ ਪਹਿਲਵਾਨ ਜੀ ਮਾਮੂਪੁਰ ਉਹ ਵੀ ਆਪਣੇ ਅਖਾੜੇ ਦੇ ਪਹਿਲਵਾਨਾਂ ਲੈ ਕੇ ਤੇ ਪਹੁੰਚ ਚੁੱਕੇ ਨੇ, ਉਹਨਾਂ ਦਾ ਵੀ ਉੱਥੇ ਪਹੁੰਚਣ ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਈ ਮੇਜਰ ਨਾਭਾ ਅੰਗਰੇਜ਼ ਕਾਂਗਥਲੀ, ਮੇਜਰ ਨਾਭਾ ਅੰਗਰੇਜ਼ ਪਹਿਲਵਾਨ ਕਾਂਗਥਲੀ, ਛੇਤੀ ਮੇਰੇ ਕੋਲੋਂ ਪਰਚੀ ਲਓ ਬਈ। ਅਮਨ ਪਹਿਲਵਾਨ ਧੂਰੀ, ਗੈਵੀ ਪਹਿਲਵਾਨ ਕੇਸਰ ਅਖਾੜਾ, ਇਹ ਵੀ ਪਹਿਲਵਾਨ ਆਪਦੇ ਆਪ ਨੂੰ ਗਰਮਾ ਕੇ ਖਾੜੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਬਈ ਮੇਜਰ ਨਾਭਾ ਅੰਗਰੇਜ਼ ਪਹਿਲਵਾਨ ਛੇਤੀ ਖਾੜੇ ਪਾਤਸ਼ਾਹ ਹਜ਼ੂਰੀ 'ਚ ਪਹੁੰਚਣ ਦੀ ਕਿਰਪਾਲਤਾ ਕਰੋ। ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਜੀ, ਜੱਸੀ ਰਾਜਪੁਰਾ 21,000 ਰੁਪਈਆ, ਸਰਦਾਰ ਸੁਖਵਿੰਦਰ ਸਿੰਘ ਜੀ ਲੰਬੜਦਾਰ ਸਾਹਿਬ 1,100 ਰੁਪਈਆ, ਸਰਦਾਰ ਦਰਸ਼ਨ ਸਿੰਘ ਜੀ ਸਾਬਕਾ ਸਰਪੰਚ ਸਾਹਿਬ 1,100 ਰੁਪਈਆ, ਸਾਡੇ ਭੂੜੀਆ ਜੀ ਵਾਰਨ 1,000 ਰੁਪਈਆ, ਲੰਬੜਦਾਰ ਸਾਹਿਬ ਵਾਰਨ ਤੋਂ ਉਹਨਾਂ ਵੱਲੋਂ 1,000 ਰੁਪਈਆ ਕੁਸ਼ਤੀ ਦੰਗਲ ਦੇ ਵੱਡਾ ਯੋਗਦਾਨ ਪਾਇਆ। ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਮੇਜਰ ਨਾਭਾ ਅੰਗਰੇਜ਼ ਕਾਂਗਥਲੀ, ਬਾਹ ਜੋਨ ਪਰਚੀ ਲਓ। ਅੰਗਰੇਜ਼ ਚਲ ਭੱਜ, ਫਿਰ ਉੱਥੋਂ ਭੱਜਿਆ ਫਿਰ। ਬਹੁਤ ਵਧੀਆ ਕੁਸ਼ਤੀਆਂ ਚੱਲਦੀਆਂ ਹੋਈਆਂ, ਕਿਉਂਕਿ ਗੁਰਬਾਣੀ ਦੇ ਅਨੁਸਾਰ ਸੰਤ ਸਰਨ ਜੋ ਜਲ ਪਰੈ ਸੋ ਜਨ ਉਧਰ ਨਿਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਕਹਾਣੀਆਂ ਬਬਾਣੀਆਂ ਪੁੱਤ ਸਪੁੱਤ ਕਰੇਣ, ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣਾ ਜਾਏ ਦੇ ਮਹਾਂਵਾਕ ਅਨੁਸਾਰ। ਸਮੂਹ ਨਗਰ ਨਿਵਾਸੀ ਪਿੰਡ ਰੋੜੇਵਾਲ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਪੂਰਨ ਦਾਸ ਮਹਾਰਾਜ ਜੀ ਦੀ 58ਵੀਂ ਵਰਸੀ ਨੂੰ ਮੁੱਖ ਰੱਖਦੇ ਹੋਏ ਸੰਤ ਸਮਾਗਮ ਤੇ ਪਹਿਲਵਾਨਾਂ ਦਾ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਉੱਚ ਕੋਟੀ ਦੇ ਪਹਿਲਵਾਨ ਆਪਣੀ ਕੁਸ਼ਤੀ ਦੇ ਜੌਹਰ ਦਿਖਾਉਣ ਲਈ ਪਹੁੰਚ ਰਹੇ ਨੇ ਤੇ ਪਹੁੰਚ ਚੁੱਕੇ ਨੇ। ਹੁਣ ਮੈਂ ਬੇਨਤੀ ਕਰਦਾ ਅਗਲੀਆਂ ਕੁਸ਼ਤੀਆਂ ਵਾਲੇ ਪਹਿਲਵਾਨ ਆਪਦੇ ਆਪ ਨੂੰ ਗਰਮਾ ਕੇ ਤਿਆਰ ਰਹਿਣਗੇ। ਅਮਨ ਪਹਿਲਵਾਨ ਧੂਰੀ, ਗੈਵੀ ਪਹਿਲਵਾਨ ਕੇਸਰ ਅਖਾੜਾ, ਪਰਚੀ ਲੈ ਕੇ ਜਿੱਥੇ ਵੀ ਰੈਫਰੀ ਵੇਲਾ ਉੱਥੇ ਕੁਸ਼ਤੀ ਸ਼ੁਰੂ ਕਰੋ ਜੀ, ਛੇਤੀ ਕਰੋ ਛੇਤੀ ਬਈ। ਬਾਬਾ ਕੇਸਰ, ਬਾਬਾ ਸ਼ਕੀਲ ਕਾਦਰੀ ਜੀ, ਬਾਬਾ ਸ਼ਕੀਲ ਕਾਦਰੀ ਜੀ ਮਲੇਰ ਕੋਟਲੇ ਵਾਲੇ, ਉਹ ਵੀ ਬਹੁਤ ਵਧੀਆ ਪਾਣੀ ਦੀ ਸੇਵਾ ਨਿਭਾ ਰਹੇ ਨੇ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਈ ਅਰਸ਼ ਕੇਸਰ ਅਖਾੜਾ ਤੇ ਬਲਦੇਵ ਧੂਰੀ, ਇਹ ਵੀ ਪਹਿਲਵਾਨ ਆਪਦੇ ਆਪ ਨੂੰ ਗਰਮਾ ਕੇ ਤਿਆਰ ਰਹਿਣਗੇ ਅਗਲੀ ਕੁਸ਼ਤੀ ਲਈ। ਅਗਲੀ ਕੁਸ਼ਤੀ, ਅਗਲੀ ਗੱਲ ਮੰਚ ਤੋਂ ਜੀ। ਲੈ ਮੈਦਾਨ ਦੇ ਵਿੱਚ ਬੜੀਆਂ ਸ਼ਾਨਦਾਰ ਕੁਸ਼ਤੀਆਂ ਚੱਲਦੀਆਂ ਹੋਈਆਂ ਕਿ ਦਸਵੇਂ ਗੁਰੂ ਨੇ ਵਾਰ ਕੇ ਪਿਤਾ ਆਪਣਾ ਲਾਜ ਰੱਖ ਲਈ ਹਿੰਦੂ ਸਤਾਨੀਆਂ ਦੀ, ਪਹਿਲੇ ਨੰਬਰ ਤੇ ਸਦਾ ਪੰਜਾਬ ਆਉਂਦਾ, ਗੱਲ ਚੱਲਦੀ ਜਦੋਂ ਕੁਰਬਾਨੀਆਂ ਦੀ। ਪਰਚੀ ਬੋਲ ਲਓ ਜੀ, ਅਗਲੇ ਦੋ ਰਾਸ਼ਰੀ ਖਾਲੀ ਖੜੇ, ਬੋਲ ਦੋ ਪਰਚੀ। ਅਰਸ਼ ਪਹਿਲਵਾਨ ਕੇਸਰ ਖਾੜਾ ਬਈ,
ਬਲਦੇਵ ਧੂਰੀ, ਅਰਸ਼ ਪਹਿਲਵਾਨ ਕੇਸਰ ਖਾੜਾ ਤੇ ਬਲਦੇਵ ਪਹਿਲਵਾਨ ਧੂਰੀ। ਛੇਤੀ ਪਹਿਲਵਾਨ ਖਾੜੇ ਪਾਤਸ਼ਾਹ ਜੀ ਪਹੁੰਚਣ ਦੀ ਕਿਰਪਾਲਤਾ ਕਰੋ ਬਈ, ਪਹਿਲਵਾਨੋ ਛੇਤੀ ਆਓ ਬਈ। ਭਾਈ ਅਰਸ਼ ਪਹਿਲਵਾਨ ਕੇਸਰ ਖਾੜਾ, ਬਲਦੇਵ ਪਹਿਲਵਾਨ ਧੂਰੀ। ਇੱਕ ਪਰਚੀ ਹੋਰ ਬੋਲਦੇ ਜੀ, ਅਰਸ਼ ਕੇਸਰ ਖਾੜਾ, ਬਲਦੇਵ ਧੂਰੀ। ਹੱਥ ਖੜਾ ਕਰਿਆ ਕਰੋ ਬਈ, ਠੀਕ ਹੈ। ਜੋਨ ਧੂਰੀ ਪਵੀ ਲੰਗ, ਜੋਨ ਧੂਰੀ ਤੇ ਪਵੀ ਪਹਿਲਵਾਨ ਲੰਗ, ਇਹ ਵੀ ਪਹਿਲਵਾਨ ਆਪਦੇ ਆਪ ਨੂੰ ਗੁਰਮਾ ਕੇ ਖਾੜੇ ਪਾਤਸ਼ਾਹ ਜੂਰ ਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਲੈ ਚੱਲਦੀਆਂ ਕੁਸ਼ਤੀਆਂ ਇਹਨਾਂ ਨੌਜਵਾਨਾਂ ਦਰਮਿਆਨ, ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ, ਕਿ ਦਸਵੇਂ ਗੁਰੂ ਨੇ ਬਾਰ ਕੇ ਪਿਤਾ ਆਪਣਾ ਲਾਜ ਰੱਖ ਲਈ ਹਿੰਦੂ ਸੈਤਾਨੀਆਂ ਦੀ। ਪਹਿਲੇ ਨੰਬਰ ਤੇ ਸਾਡਾ ਪੰਜਾਬ ਆਉਂਦਾ, ਗੱਲ ਚੱਲਦੀ ਜਦੋਂ ਕੁਰਬਾਨੀਆਂ ਦੀ। ਹਰੀ ਸਿੰਘ ਨਲੂਏ ਅਸੀਂ ਭਾਗ ਢਾਈ, ਕੌਮ ਅੱਜ ਵੀ ਡਰੇ ਅਫਗਾਨੀਆਂ ਦੀ। ਸ਼ਹੀਦ ਊਧਮ ਸਿੰਘ ਦਾ ਨਾਂ ਸੁਣ ਕੇ ਰਾਣੀ ਕੰਬਦੀ ਫਿਰੇ ਬਰਤਾਨੀਆਂ ਦੀ, ਔਰ ਸ਼ਹੀਦ ਊਧਮ ਸਿੰਘ ਦਾ ਨਾਂ ਸੁਣ ਕੇ ਰਾਣੀ ਕੰਬਦੀ ਫਿਰੇ ਬਰਤਾਨੀਆਂ ਦੀਆਂ। ਬੜੀਆਂ ਸ਼ਾਨਦਾਰ ਕੁਸ਼ਤੀਆਂ ਨਾਲ ਨੌਜਵਾਨਾਂ ਦਰਮਿਆਨ ਚੱਲਦੀਆਂ ਹੋਈਆਂ। ਅਗਲੀ ਪਰਚੀ ਬੋਲਦੇ ਜੀ, ਮੀਤਾ ਪਹਿਲਵਾਨ ਜੀ ਜਨੌਦਾ, ਜੋਨ ਧੂਰੀ ਪਵੀ ਲੰਘ। ਔਰ ਮੇਰੇ ਕੋਲ ਪਰਚੀ ਲਓ ਪਹਿਲਵਾਨੋ, ਜੋਨ ਧੂਰੀ ਹੱਥ ਖੜਾ ਕਰ ਬਈ ਤੇ ਪਵੀ ਪਹਿਲਵਾਨ ਲੰਘ। ਪਰਚੀ ਲੈ ਕੇ ਮੀਤੇ ਪਹਿਲਵਾਨ ਦੇ ਕੋਲ ਰਿਪੋਰਟ ਕਰੋ। ਅਗਲੀ ਕੁਸ਼ਤੀ ਨਿਤਿਨ ਪਹਿਲਵਾਨ ਜੀ ਜਨੌਦਾ, ਜੋਤ ਪਹਿਲਵਾਨ ਜੀ ਭੂੰਦੜ, ਸਾਡੇ ਪ੍ਰੋਫੈਸਰ ਕਰਮ ਸਿੰਘ ਜੀ ਭੂੰਦੜ।